ਨਾਲ ਦੇ ਨੇੜੇ ਇੱਕ ਪਿੰਡ ਖੁਦਾਈਪੁਰ ਦੇ ਵਿੱਚ ਪਿਛਲੇ ਦਿਨ ਇੱਕ ਅਜੀਬੋ ਗਰੀਬ ਘਟਨਾ ਹੋਈ। ਇੱਥੋਂ ਦੇ ਕਿਸਾਨ ਜੋ ਕਿ ਬਾਰਡਰ ਦੇ ਪਾਰ ਅਕਸਰ ਜਾਂਦੇ ਨੇ ਆਪਣੀ ਫਸਲਾਂ ਦੀ ਦੇਖ ਰੇਖ ਕਰਨ, ਪਿੰਡ ਦੇ ਇੱਕ ਕਿਸਾਨ ਸੁਖਵੀਰ ਵੱਲੋਂ ਜਦੋਂ ਪਾਰ ਆਪਣੇ ਪੱਠੇ ਵੱਢਣ ਗਿਆ ਤੇ ਉੱਥੇ ਉਹਦੇ ਨਾਲ ਕੀ ਅਜੀਬੋ ਗਰੀਬ ਘਟਨਾ ਹੋਈ, ਉਹਦੇ ਨਾਲ ਗੱਲ ਕਰਾਂਗੇ। ਹਾਂਜੀ ਸੁਖਵੀਰ ਜੀ, ਕੀ ਹੋਇਆ ਤੁਹਾਡੇ ਨਾਲ ਗੱਲ? ਇੱਥੇ ਉਹੀ ਉਹੀ ਜਿਹੜਾ ਭਰਾ ਉਹ ਕੰਮ ਕਰਦੇ ਸੀ ਆਪਣੇ, ਉਹ ਕੰਮ ਕਰਦੇ ਆ ਤੇ ਮੁੜ ਕੇ ਦੁਬਾਰਾ ਉਹ ਪੈ ਗਿਆ ਮੇਰੇ ਪਿੱਛੇ। ਕਿੱਥੇ ਗਏ ਸੀ ਤੁਸੀਂ? ਆਪਣੀ ਤਾਰਾਂ ਪਾਰ ਲਏ ਪੈਸੇ ਜ਼ਮੀਨਾਂ ਦੀ, ਉੱਥੇ ਗਏ ਸੀ ਬਾਰਡਰ ਦੇ ਜੀਰੋ ਲੈਣ 'ਤੇ, ਥੋੜ੍ਹੇ ਸੀ ਥੋੜ੍ਹਾ ਜਿਹਾ ਅਤੇ ਬਸ ਭਰਾ ਬਾਹਾਂ ਜਾਣ ਬਚਾ ਗਿਆ ਨਿਕਲ ਜਾਂਦਾ। ਕਿੰਨੇ ਕਿੰਨੇ ਲੋਕ ਸੀ ਉਹ ਲੋਕ? ਤਾਂ ਹੁਣ ਭਰਾ ਪੁੱਛਦੇ ਆ, ਅਕੇਲਾ ਆਦਮੀ ਸੀ, ਹੋਰ ਤਾਂ ਕੋਈ ਨਹੀਂ। ਅੱਛਾ, ਹੋਰ ਕੋਈ ਨਹੀਂ? ਅਤੇ ਉਹਨਾਂ ਦੇ ਹੱਥ 'ਚ ਕੋਈ ਹਥਿਆਰ ਵਗੈਰਾ ਕੁਛ ਸੀਗਾ? ਨਹੀਂ, ਉਹਨਾਂ ਕੁਛ ਨਹੀਂ। ਅਤੇ ਫਿਰ ਤੁਸੀਂ ਕਿੱਦਾਂ ਉੱਥੋਂ ਮਤਲਬ ਆਪਣੀ ਜਾਨ ਬਚਾ ਗਏ, ਕੀ ਤੁਹਾਨੂੰ ਹਾਸਾ ਥੋੜ੍ਹਾ ਤਫਸੀਲ 'ਚ ਥੋੜ੍ਹਾ ਜਿਹਾ ਦੱਸੋਗੇ? ਹਾਂਜੀ, ਮੈਂ ਕਿਹਾ ਥੋੜ੍ਹਾ ਤਫਸੀਲ 'ਚ ਦੱਸੋਗੇ ਕਿ ਕਿਸ ਤਰ੍ਹਾਂ ਕੀ ਹੋਇਆ ਤੁਹਾਡੇ ਨਾਲ? ਜੇ ਉਹ ਹੱਥੀ ਪਏ ਆ ਮੇਰੇ, ਮੈਂ ਜਾਨ ਬਚਾ ਕੇ ਨਿਕਲਿਆ। ਅਤੇ ਹੁਣ ਤੁਹਾਡੀ ਪ੍ਰਸ਼ਾਸਨ ਕੋਲੋਂ ਕੀ ਮੰਗ ਹੈ? ਮੰਗ ਤਾਂ ਮੇਰੀ ਇਹੋ ਹੀ ਆ, ਮੈਂ ਗਰੀਬ ਬੰਦਾ, ਮੈਂ ਧੀਆਂ ਵਾਲਾ ਆ, ਬਸ ਮੇਰੀ ਸੁਣਾਈ ਹੋਣੀ ਚਾਹੀਦੀ, ਮੇਰਾ ਧੱਕਾ ਸ਼ਾਹੀ ਨਾ ਹੋਏ, ਬਸ ਮੈਂ ਹੋਰ ਕੁਛ ਨਹੀਂ ਚਾਹੀਦਾ ਬਸ। ਅਤੇ ਹੁਣ ਤੁਹਾਨੂੰ ਮਤਲਬ ਕੋਈ ਇਨਕੁਆਇਰੀ ਵਾਸਤੇ ਕੋਈ ਥਾਣੇ ਅਪੀ ਕੀਤੀ ਹੈ ਤੁਸੀਂ, ਦਰਖਾਸਤ ਦਿੱਤੀ ਹੈ ਕੋਈ? ਹਾਂਜੀ ਆਏ ਜੀ, ਸਾਰੇ ਆਏ ਜੀ, SSP ਆਏ ਜੀ। SSP ਆਏ ਦੇ ਸੀਗੇ? ਅਤੇ BSF ਵੱਲੋਂ ਜਾਂ ਆਰਮੀ ਵੱਲੋਂ ਕੋਈ ਤੁਹਾਡੇ ਨਾਲ ਕੋਆਪਰੇਟ ਹੋ ਰਿਹਾ ਕਿ ਤੁਹਾਡੀ ਇਨਕੁਆਇਰੀ ਜਾਂ ਕੋਈ ਪਤਾ ਕੀਤਾ ਜਾ ਰਿਹਾ ਉਹਦੇ ਵੱਲੋਂ? ਹਾਂਜੀ ਸਭ ਪਤਾ ਕਰੇਗਾ ਜੀ, ਜੋ ਸੱਚਾਈ ਉਹ ਦੱਸੇਗਾ। ਤੁਹਾਡੇ ਨਾਲ ਮੁਲਾਕਾਤ ਹੋਈ ਹੈ BSF ਦੇ ਕਿਸੇ ਅਧਿਕਾਰੀ ਨਾਲ? ਹਾਂਜੀ, ਤੁਹਾਡੇ ਨਾਲ ਮੁਲਾਕਾਤ ਹੋਈ ਹੈ ਕਿਸੇ BSF ਦੇ ਅਧਿਕਾਰੀ ਦੀ? ਹਾਂਜੀ। ਅਤੇ ਉਹਨਾਂ ਦਾ ਕੀ ਕਹਿਣਾ? ਉਹ ਕਹਿੰਦੇ ਠੀਕ ਹੈ ਜੀ, ਜੋ ਸੱਚਾਈ ਉਹ ਦੱਸਦਾ। ਇਸ ਦਿਨ ਸਾਡੇ ਨਾਲ ਕਿਸਾਨ ਸੁਖਵੀਰ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਉਹਦੇ ਨਾਲ ਹੋਇਆ ਉਹਨਾਂ ਨੇ ਸਾਰੇ ਅਧਿਕਾਰੀਆਂ ਨੂੰ, ਚਾਹੇ ਉਹ ਪੁਲਿਸ ਵਾਲੇ ਹੋਣ ਚਾਹੇ BSF ਵਾਲੇ ਹੋਣ, ਉਹਨਾਂ ਨੂੰ ਦੱਸ ਦਿੱਤਾ ਹੈ। ਪਰ ਤੁਸੀਂ ਦੇਖਿਆ ਹੋਏਗਾ ਕਿ ਉਹ ਘਬਰਾਏ ਹੋਏ ਨੇ ਔਰ ਉਹਨਾਂ ਦਾ ਘਬਰਾਉਣਾ ਲਾਜ਼ਮੀ ਹੈ। ਉਹਨਾਂ ਦੀ ਮਾਤਾ ਜੀ ਸਾਡੇ ਨਾਲ ਨੇ ਗੱਲ ਕਰਾਂਗੇ ਉਹਦੇ ਨਾਲ। ਮਾਤਾ ਜੀ, ਤੁਹਾਨੂੰ ਕਦੋਂ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋਈ ਹੈ? ਕੱਲ੍ਹ ਸ਼ਾਮੀ। ਅਤੇ ਤੁਹਾਡਾ ਕੀ ਕਹਿਣਾ ਹੁਣ? ਮੇਰਾ ਕਹਿਣਾ ਹੈ ਕਿ ਮੇਰਾ ਬੱਚਾ ਗਰੀਬ ਹੈ, ਧੀਆਂ ਵਾਲਾ ਬੱਚਾ, ਕੋਈ ਨਹੀਂ ਗਰੀਬ ਹੈ, ਦਿਹਾੜੀ ਲਾ ਕੇ ਖਾਣ, ਇਹਨੇ ਤਾਂ ਕੋਈ ਡਿਫੈਂਸ ਨਹੀਂ ਹੋਣਾ ਚਾਹੀਦਾ, ਇਹਨੂੰ ਤਾਂ ਕੋਈ ਵੀ ਭਾਰ ਬੋਝ ਨਹੀਂ ਪੈਣਾ ਚਾਹੀਦਾ, ਗਰੀਬ ਬੱਚਾ, ਥੋੜ੍ਹੀ ਜਿਹੀ ਮਦਦ ਕਰੋ ਮੇਰੇ ਬੱਚੇ ਦੀ, ਅਤੇ ਕੁਛ ਮਹਾਰਾਜ ਤੁਹਾਡਾ ਭਲਾ ਕਰੇ। ਪਿੰਡ ਦੇ ਕੁਛ ਹੋਰ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦੇ ਨਾਲ ਕੀ ਘਟਨਾਵਾਂ ਹੁੰਦੀਆਂ ਨੇ ਜਦੋਂ ਅਕਸਰ ਪਾਰ ਹੋ ਜਾਂਦੇ ਨੇ। ਤੁਹਾਡਾ ਨਾਮ ਜੀ? ਮਲਕੀਤ ਸਿੰਘ। ਅਮਲਕੀਤ ਸਿੰਘ ਜੀ, ਤੁਹਾਡੀ ਵੀ ਪਹਿਲੀ ਪਾਰ ਹੈਗੀ ਹੈ ਤੇ ਤੁਸੀਂ ਵੀ ਅਕਸਰ ਜਾਂਦੇ ਹੋ? ਬਿਲਕੁਲ ਬਿਲਕੁਲ, ਜਦੋਂ ਕੰਮ ਹੋਏ ਜਾਈਦਾ, ਵਿੱਚੋਂ ਨਹੀਂ ਵੀ ਜਾਈਦਾ। ਤੇ ਹੁਣ ਤੁਹਾਡਾ ਕੀ ਕਹਿਣਾ ਜਿਹੜੀ ਕੱਲ ਦੀ ਘਟਨਾ ਹੋਈ ਹੈ ਤੁਹਾਡੇ ਪਿੰਡ ਦੇ ਕਿਸਾਨ ਦੇ ਨਾਲ, ਤੁਹਾਡਾ ਕੀ ਕਹਿਣਾ? ਇਹੋ ਹੈ ਵੀ BSF ਅੱਗੇ ਜਾਣੀ ਚਾਹੀਦੀ ਹੈ, ਉਹ ਦਰਿਆ ਤੋਂ ਰਾਹ ਰਹਿੰਦੇ ਆ ਤੇ ਅੱਗੇ ਨਹੀਂ ਜਾਂਦੇ, ਇਸ ਕਰਕੇ ਕਿਸਾਨ ਜਿਹੜੇ ਆ ਆਰ ਸੁਰੱਖਿਅਤ ਆ, ਇਹ ਭਾਣਾ ਕਿਸੇ ਨਾਲ ਵੀ ਵਰਤਿਆ ਜਾ ਸਕਦਾ। ਤੇ ਕਾਫੀ ਕਿਸਾਨਾਂ ਦੀ ਜ਼ਮੀਨ ਹੋਏਗੀ ਪਾਰ? ਹਾਂਜੀ ਹਾਂਜੀ, ਬਹੁਤ ਜ਼ਿਆਦਾ, 400 ਕਿੱਲਾ ਪੈਲੀ ਹੈ। ਅੱਛਾ, ਪਾਰ 400 ਕਿੱਲਾ ਇਸ ਪਿੰਡ ਦੀ ਪੈਲੀ? ਹਾਂਜੀ, BSF ਜਾਂਦੇ ਆ ਪਰ BSF ਥੋੜ੍ਹੇ ਹੋਣ ਕਰਕੇ ਕਿਸਾਨ ਜ਼ਿਆਦਾ, ਰਕਬਾ ਬਹੁਤ ਜ਼ਿਆਦਾ, 1.5 ਕਿਲੋਮੀਟਰ ਬਣਦਾ, ਇਸ ਕਰਕੇ ਨਫਰੀ ਵਧਾਈ ਜਾਏ। ਅੱਛਾ, BSF ਦੀ ਨਫਰੀ ਵਧਾਈ ਜਾਏ ਤਾਂ ਕਿ ਤੁਹਾਡੀ ਜਿਹੜੀ ਹੈ ਕਿ ਮਦਦ ਹੋ ਸਕੇ। ਅਤੇ ਜਿਹੜੇ ਇਹ ਜਿਹੜੀ ਹਾਦਸਾ ਹੋਇਆ ਵਾ ਅਤੇ ਇਹਦਾ ਇਹਦੀ ਜਿਹੜੀ ਐਪਲੀਕੇਸ਼ਨ ਤੁਸੀਂ ਦਿੱਤੀ ਹੈ ਥਾਣੇ? ਨਹੀਂ, ਅਸੀਂ ਕੋਈ ਨਹੀਂ ਦਿੱਤੀ, ਅਸੀਂ ਆਏ ਆ, ਇਹ ਤਾਂ ਇੰਟੈਲੀਜੈਂਸ ਵਾਲੇ ਆਪ ਹੀ ਦਿੱਤੀ ਹੈ ਜੋ ਕੀਤਾ, ਅਸੀਂ ਕਿਸੇ ਨੂੰ ਕੋਈ ਨਹੀਂ ਦਿੱਤੀ। ਪਿੰਡ ਵੱਲੋਂ ਕੋਈ ਦਰਖਾਸਤ ਨਹੀਂ ਦਿੱਤੀ ਗਈ? ਪੁਲਿਸ ਵਾਲੇ ਆ ਗਏ, ਫਿਰ ਉਹ ਦਰਖਾਸਤ ਲੈ ਕੇ ਲੈ ਗਏ, ਆਪ ਹੀ ਆ ਗਏ, ਉਹ 10 ਮਿੰਟ ਬਾਅਦ ਆ ਗਏ। ਅੱਛਾ, ਇਹ ਹਾਸਾ ਹੋਣ ਤੋਂ ਬਾਅਦ 10 ਮਿੰਟ ਬਾਅਦ ਹੀ ਉਹ ਆ ਗਏ ਨੇ? ਹਾਂਜੀ। ਤੇ ਇਹ ਸਨ ਸਾਡੇ ਨਾਲ ਪਿੰਡ ਖੁਦਾਈਪੁਰ ਦੇ ਇੱਕ ਹੋਰ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਾਲਿਆਂ ਦੀ ਕਰੀਬ ਬਾਰਡਰ ਦੇ ਪਾਰ 400 ਕਿੱਲਾ ਪੈਲੀ ਹੈ ਤੇ ਇਹਨਾਂ ਦੀ ਅਪੀਲ ਹੈ ਪ੍ਰਸ਼ਾਸਨ ਵੱਲੋਂ ਕਿ ਸੁਰੱਖਿਆ ਕਰਮੀਆਂ ਦੀ ਨਫਰੀ ਵਧਾਈ ਜਾਵੇ ਤਾਂ ਕਿ ਇੱਕ ਸੁਰੱਖਿਅਤ ਮਾਹੌਲ ਦੇ ਵਿੱਚ ਆਪਣੀ ਫਸਲਾਂ ਦੀ ਦੇਖ ਰੇਖ ਕਰਨ ਵਾਸਤੇ ਉਸ ਪਾਰ ਜਾ ਸਕਣ। ਕੈਮਰਾਮੈਨ ਇਸ਼ਾਂਤ ਦੇ ਨਾਲ ਸੰਜੀਵ ਮੰਗੋਤਰਾ, ਦੈਨਿਕ ਸਵੇਰਾ TV, ਪਿੰਡ ਖੁਦਾਈਪੁਰ, ਪਠਾਨਕੋਟ। ਜੇਕਰ ਤੁਹਾਡੇ ਆਸ ਪਾਸ ਹੋ ਰਹੀ ਹੈ ਚੋਣ ਜ਼ਾਬਤੇ ਦੀ ਉਲੰਘਣਾ ਜਾਂ ਫਿਰ ਵਾਪਰ ਰਹੀ ਹੈ ਕੋਈ ਵੱਡੀ ਘਟਨਾ ਤਾਂ ਚੱਕੋ ਮੋਬਾਈਲ ਤੇ ਦੈਨਿਕ ਸਵੇਰਾ ਦੇ ਇਸ ਮੋਬਾਈਲ ਨੰਬਰ ਤੇ ਦਿਓ ਪੂਰੀ ਜਾਣਕਾਰੀ। ਦੈਨਿਕ ਸਵੇਰਾ ਬਣੇਗਾ ਤੁਹਾਡੀ ਆਵਾਜ਼ ਤੇ ਨਸ਼ਰ ਕਰੇਗਾ ਤੁਹਾਡੀ ਹਰ ਸਮੱਸਿਆ। ਇਸ ਦੇ ਨਾਲ ਹੀ ਲੋਕ ਸਭਾ 2019 ਦੀ ਹਰ ਅਪਡੇਟ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ YouTube ਚੈਨਲ ਤੇ ਲਾਈਕ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ Facebook ਪੇਜ। ਪੇਜ ਨੂੰ ਲਾਈਕ ਕਰਨ ਦੇ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ 'ਤੇ ਕਰੋ ਕਲਿੱਕ ਤੇ ਤੁਰੰਤ ਪਾਓ ਇਹਨਾਂ ਚੋਣਾਂ ਦੀ ਹਰ ਜਾਣਕਾਰੀ।